ਕੰਪਨੀਆਂ ਮਰਦਾਬਾਦ 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 ਜਾਂ ਜਿੰਦਗੀਆਂ ਨਾਲ ਖੇਡਣ ਵਾਲੀਆਂ ਏਅਰਟੈਲ ਦੀ ਕੰਪਨੀ ਮਰਦਾਬਾਦ 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 5G ਦਾ ਲੱਗਿਆ ਟਾਵਰ ਬੰਦ ਕਰੋ ਬੰਦ ਕਰੋ ਬੰਦ ਕਰੋ 5G ਦਾ ਲੱਗਿਆ ਟਾਵਰ ਬੰਦ ਕਰੋ ਬੰਦ ਕਰੋ ਬੰਦ ਕਰੋ तेज किरना शटर वाला टावर बंद करो बंद करो बंद करो लोगों की जान का खौफ बनया टावर बंद करो बंद करो बंद करो केंद्र सरकार मर्दाबाद 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 ਹਾਂਜੀ ਮੰਗਤ ਰਾਏ ਜੀ ਪਿਛਲੇ 19 ਤਰੀਕ ਤੋਂ ਤਾਂ ਟਾਵਰ ਆਲਰੇਡੀ ਲੱਗ ਚੁੱਕਿਆ ਹੈਗਾ ਉਦੋਂ ਲੋਕਾਂ ਨੇ ਜਿਹੜੀ ਹਰਕਤ ਵਿੱਚ ਨੇ ਅੱਜ ਹੀ ਕਿਉਂ ਨਹੀਂ ਉਦੋਂ ਲੋਕਾਂ ਨੇ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਜਿਹੜੀ ਹਰਕਤ ਵਿੱਚ ਆਏ ਆ ਉਸੇ ਦਿਨ ਹੀ 19 ਤਰੀਕ ਦੀ ਸ਼ਾਮ ਨੂੰ ਅਸੀਂ SDM ਸਾਹਿਬ ਨੂੰ 11ਵੇਂ ਵਾਰਡ ਦੇ ਵਾਸੀਆਂ ਨੇ ਆ ਮੰਗ ਪੱਤਰ ਦਿਖਾਓ ਜੀ ਆ ਮੰਗ ਪੱਤਰ ਆ ਜਿਹੜਾ ਸਾਡੇ ਕੋਲੇ ਇਹ ਉਸੇ ਦਿਨ ਦਾ ਹੀ ਦਿੱਤਾ ਹੋਇਆ ਇਹ ਉਸੇ ਦਿਨ ਸਾਡੀ ਕੋਈ ਵੀ ਸੁਣਵਾਈ ਨਹੀਂ ਹੋਈ ਸਾਡੀਆਂ ਬੀਬੀਆਂ ਉਸ ਮਹੱਲੇ ਦੇ ਲੋਕ ਆ ਜਿਹੜੇ ਉਹ ਕਿੰਨੀ ਗਰਮੀ ਪੈ ਰਹੀ ਆ 40-45 ਡਿਗਰੀ ਜਦੋਂ ਲੋਕ ਕੂਲਰਾਂ ਦੇ ਪੱਖਿਆਂ ਦੇ ਮੂਹਰੇ ਨਹੀਂ ਉੱਠ ਰਹੇ ਏਸੀਆਂ ਦੇ ਵਿੱਚੋਂ ਨਹੀਂ ਉੱਠ ਰਹੇ ਅਤੇ ਸਾਡੀਆਂ ਬੀਬੀਆਂ ਲਗਾਤਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਸ ਟਾਵਰ 'ਤੇ ਬੈਠੀਆਂ ਕਿ ਟਾਵਰ ਜਲਦੀ ਤੋਂ ਜਲਦੀ ਬੰਦ ਕੀਤਾ ਜਾਵੇ ਇਹ ਟਾਵਰ ਜਿਹੜਾ ਏਅਰਟੈਲ ਕੰਪਨੀ 5G ਦਾ ਜਿਹਦੀਆਂ ਤੇਜ਼ ਕਿਰਨਾਂ ਜਿਹਦੇ ਇਕੱਲਾ ਮਨੁੱਖਾਂ 'ਤੇ ਨਹੀਂ ਇਹ ਪਸ਼ੂ ਪੰਛੀਆਂ 'ਤੇ ਵੀ ਅਸਰ ਪੈਣਾ ਜਿਹਦੇ ਨਾਲ ਬਹੁਤ ਘਾਤਕ ਬਿਮਾਰੀਆਂ ਫੈਲਣੀਆਂ ਔਰ ਸਾਡੇ ਬਜ਼ੁਰਗਾਂ ਲਈ ਇਹ ਬੱਚਿਆਂ ਦੇ ਲਈ ਬਹੁਤ ਹੀ ਜ਼ਿਆਦਾ ਘਾਤਕ ਆ ਸਾਡੀ ਸਮੁੱਚੇ ਵਾਰਡ ਦੇ ਵੱਲੋਂ ਸਮੁੱਚੀ ਮੰਡੀ ਵੱਲੋਂ ਇਹ ਬੇਨਤੀ ਹੈ ਕਿ ਟਾਵਰ ਆ ਜਿਹੜਾ ਉਹ ਜਲਦੀ ਤੋਂ ਜਲਦੀ ਬੰਦ ਕੀਤਾ ਜਾਵੇ ਅਤੇ ਦੂਜਾ ਮੈਂ ਪੰਜਾਬ ਨਿਵਾਸੀਆਂ ਨੂੰ ਹਿੰਦੂ ਨਿਵਾਸੀਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਜਦੋਂ ਆਪਣਾ ਕਿਸਾਨੀ ਸੰਘਰਸ਼ ਚੱਲ ਰਿਹਾ ਦਿੱਲੀ ਦੇ ਵਿੱਚ ਉਹ ਕਾਰਪੋਰੇਟ ਦੇ ਉਲਟ ਚੱਲ ਰਿਹਾ ਅਤੇ ਜਿਹੜੇ ਟਾਵਰ ਵੀ ਲੱਗੇ ਹੋਏ ਆ ਇਹ ਕਾਰਪੋਰੇਟ ਕਰਿਆਣੇ ਦੇ ਟਾਵਰ ਆ ਉਹ ਇੱਕ ਪਾਸੇ ਸਾਡੇ ਕਿਸਾਨ ਮਰ ਰਹੇ ਆ ਅਤੇ ਦੂਜੇ ਪਾਸੇ ਇਹ ਕੰਪਨੀਆਂ ਟਾਵਰ ਲਾ ਕੇ ਆਪਦੇ ਮੁਨਾਫੇ ਨੂੰ ਧਿਆਨ ਵਿੱਚ ਰੱਖਦੇ ਲੋਕਾਂ ਦੀ ਜਾਨ ਨਾਲ ਖੇਡ ਰਹੇ ਆ ਸੋ ਮੈਂ ਸਮੁੱਚੇ ਹਿੰਦੁਸਤਾਨ ਵਾਸੀਆਂ ਨੂੰ ਬੇਨਤੀ ਕਰਦਾ ਵੀ ਜਿੱਥੇ ਵੀ ਕਿਤੇ ਟਾਵਰ ਲੱਗਦਾ ਉਹ ਇਕੱਠੇ ਹੋ ਕੇ ਉਹਦਾ ਵਿਰੋਧ ਕਰੋ ਇਹ ਕਿਤੇ ਵੀ ਟਾਵਰ ਇਕੱਲੇ ਪੰਜਾਬ 'ਚ ਹੀ ਨਹੀਂ ਇਕੱਲੇ ਨਿਹਾਲੇ ਵਾਲੇ 'ਚ ਹੀ ਨਹੀਂ ਕਿਤੇ ਵੀ ਹਿੰਦੁਸਤਾਨ ਦੇ ਵਿੱਚ ਜਿਹੜਾ ਤੇਜ਼ ਕਿਰਨਾ ਛੱਡਣ ਵਾਲਾ 5G ਦਾ ਟਾਵਰ ਕਿਤੇ ਵੀ ਲੱਗਦਾ ਇਹ ਮੈਂ ਸਮੁੱਚੇ ਲੋਕਾਂ ਨੂੰ ਬੇਨਤੀ ਕਰਦਾ ਇਸ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਕਿਤੇ ਵੀ ਆਪਾਂ ਲੱਗਣ ਨਹੀਂ ਦੇਣਾ ਔਰ ਇਹ ਜਿਹੜਾ ਲੱਗਿਆ ਹੋਇਆ ਟਾਵਰ ਆ ਇਹ ਅਸੀਂ ਬਿਲਕੁਲ ਵੀ ਚੱਲਣ ਨਹੀਂ ਦੇਣਾ ਚਾਹੇ ਸਾਨੂੰ ਉੱਥੇ ਇੱਕ ਮਹੀਨਾ ਹੋਰ ਕਹਿਣਾ ਬੈਠਣਾ ਪੈ ਜੇ ਦੂਜਾ ਸਾਨੂੰ ਜਿੱਥੇ ਇਹ ਰੋਸ ਹੈ ਮਤਲਬ ਇਹ ਟਾਵਰ ਲੱਗਣ ਦਾ ਦੂਜਾ ਸਾਨੂੰ ਰੋਸ ਇਹ ਹੈ ਕਿ ਅਸੀਂ 19 ਤਰੀਕ ਦੀ ਦਰਖਾਸਤ ਦਿੱਤੀ ਹੋਈ ਆ 19 ਤਰੀਕ ਦੀ ਅੱਜ ਇਸ ਨੂੰ 12-13 ਦਿਨ ਹੋ ਗਏ ਪਰ ਪ੍ਰਸ਼ਾਸਨ ਦੀ ਜਿਹਦੀ ਜ਼ਿੰਮੇਵਾਰੀ ਬਣਦੀ ਆ ਜਿਹਨਾਂ ਨੇ ਜਾ ਕੇ ਇਮੀਡੀਏਟਲੀ ਉੱਥੇ ਦੇਖਣਾ ਸੀ ਵੀ ਇੱਥੇ ਕੀ ਪ੍ਰੋਬਲਮ ਆ ਕੀ ਅਸੀਂ ਹੱਲ ਕਿਵੇਂ ਕਰਨਾ ਪਰ ਨਾ ਤਾਂ ਇੱਥੇ ਨਗਰ ਪੰਚਾਇਤ ਦਾ ਕੋਈ ਅਧਿਕਾਰੀ ਪਹੁੰਚਿਆ ਨਾ SDM ਸਾਹਿਬ ਦੇ ਦਫ਼ਤਰ 'ਚੋਂ ਕੋਈ ਵੀ ਮਤਲਬ ਜਿਹੜਾ ਅਧਿਕਾਰੀ ਆ ਜ਼ਿੰਮੇਵਾਰ ਅਧਿਕਾਰੀ ਉਹ ਪਹੁੰਚ ਕੇ ਸਾਡੀ ਤਕਲੀਫ ਨਹੀਂ ਸੁਣੀ ਸਾਡਾ ਰੋਸ ਇਸ ਗੱਲ ਦੇ ਵਿੱਚ ਆ ਕਿ ਸਾਡੀਆਂ ਬੀਬੀਆਂ ਉੱਥੇ ਇਹ ਜਾ ਕੇ ਧੁੱਪੇ ਬੈਠੀਆਂ ਤੁਸੀਂ ਜਾ ਕੇ ਵੇਖ ਲਓ ਵੀ ਕਿੰਨੀ ਗਰਮੀ ਆ ਬਾਰਿਸ਼ਾਂ ਵੀ ਪੈ ਰਹੀਆਂ ਕਿੰਨੀ ਗਰਮੈਸ਼ ਆ ਹੁੰਮਸ ਆ ਲੋਕ ਪੱਖਿਆਂ ਦੇ ਮੂਹਰੇ ਕੂਲਰਾਂ ਦੇ ਮੂਹਰੇ ਏਸੀਆਂ ਦੇ ਵਿੱਚੋਂ ਨਹੀਂ ਨਿਕਲ ਰਹੇ ਅਤੇ ਸਾਡੀਆਂ ਬੀਬੀਆਂ ਉੱਥੇ ਉਹ ਧੁੱਪੇ ਬੈਠੀਆਂ ਸੋ ਇਸ ਗੱਲ 'ਤੇ ਸਾਡਾ ਰੋਸ ਹੈ ਅਤੇ ਦੂਜੀ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਭਾਈ ਇਹ ਜਿਹੜਾ ਟਾਵਰ ਕਿਤੇ ਵੀ ਟਾਵਰ ਆ ਇਹਨੂੰ ਜਲਦੀ ਤੋਂ ਜਲਦੀ ਬੰਦ ਕਰਾ ਕੇ ਤਾਂ ਕਿ ਜਿਹੜੀਆਂ ਸਾਡੀਆਂ ਬੀਬੀਆਂ ਬਜ਼ੁਰਗ ਬੀਬੀਆਂ ਵੀ ਆ ਵੱਡੀ ਉਮਰ ਦੇ ਬੀਬੀਆਂ ਵੀ ਆ ਉਹ 'ਚ ਕੁਛ ਬਿਮਾਰ ਵੀ ਆ ਛੋਟੇ ਛੋਟੇ ਬੱਚੇ ਵੀ ਆ ਉਹ ਆਪਣੇ ਬੱਚਿਆਂ ਨੂੰ ਛੱਡ ਕੇ ਰੋਟੀ ਪਾਣੀ ਦਾ ਕੰਮ ਨਿਬੇੜ ਕੇ ਉਹ ਟਾਵਰ ਕੋਲ ਆ ਕੇ ਬੈਠਦੀਆਂ ਕਿ ਤਾਂ ਕਿ ਟਾਵਰ ਜਲਦੀ ਤੋਂ ਜਲਦੀ ਪੱਟਿਆ ਜਾਵੇ ਸਾਨੂੰ ਆਪਦੇ ਭਵਿੱਖ ਦਾ ਬਹੁਤ ਹੀ ਜ਼ਿਆਦਾ ਫਿਕਰ ਆ ਸੋ ਬੇਨਤੀ ਆ ਵੀ ਟਾਵਰ ਜਲਦੀ ਤੋਂ ਜਲਦੀ ਪੱਟਿਆ ਜਾਵੇ ਕਿੰਨੇ ਸਮੇਂ ਤੋਂ ਇੱਥੇ ਖੜੇ ਹੋ ਅਸੀਂ 1 ਘੰਟੇ ਤੋਂ ਖੜੇ ਹਾਂ ਸਾਨੂੰ ਕੋਈ ਵੀ ਪ੍ਰਸ਼ਾਸਕ ਦਾ ਅਧਿਕਾਰੀ ਆ CID ਵੀ ਆ ਕੇ ਨੋਟ ਕਰ ਗਈ ਆ CID ਨੇ ਦਾਖਲੇ ਅੰਦਰ ਦੱਸ ਵੀ ਦਿੱਤਾ ਪਰ ਸਾਡਾ ਮਤਲਬ ਕਿਸੇ ਨੇ ਵੀ ਸੁਣਵਾਈ ਜਿਹੜੀ ਹਜੇ ਤੱਕ ਨਹੀਂ ਕੀਤੀ 1 ਘੰਟੇ ਤੋਂ ਖੜੇ ਹਾਂ ਜਿੱਥੇ ਅਸੀਂ ਇਹਦੇ ਵਿੱਚ ਜਿਹੜੇ ਇਹਦੇ ਤੇਜ਼ ਕਿਰਨਾਂ ਨਿਕਲਣੀਆਂ ਉਹਦੇ ਵਿੱਚ ਤੁਸੀਂ ਵੇਖ ਲਓ ਵੀ ਜਿਹੜੇ ਪਹਿਲਾਂ ਟਾਵਰ ਲੱਗੇ ਜਿਹੜੇ 2G ਜਾਂ 4G ਆ ਉਹਦੇ ਨਾਲ ਸਾਡੀਆਂ ਚਿੜੀਆਂ ਜਨੌਰ ਬਿਲਕੁਲ ਖਤਮ ਹੋ ਗਏ ਇਕੱਲੀ ਇਕੱਲੀ ਚੀਜ਼ ਦਾ ਜ਼ਿੰਦਗੀ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਮਹੱਤਵ ਆ ਜੇ ਚਿੜੀਆਂ ਮਰਦੀਆਂ ਤਾਂ ਫਿਰ ਮਨੁੱਖ ਵੀ ਕੁਛ ਸਮਾਂ ਮਤਲਬ ਜਿਉਂਦਾ ਰੂਹ ਧਰਤੀ 'ਤੇ ਉਹ ਵੀ ਖਤਮ ਹੋ ਜੂਗਾ ਇਸ ਕਰਕੇ ਇਹਦਾ ਜਿਹੜਾ ਉਦੋਂ ਵੀ ਤੇਜ਼ ਕਿਰਨਾਂ ਛੱਡਣ ਵਾਲਾ 5G ਦਾ ਟਾਵਰ ਆ ਬਾਕੀ ਇਹ ਦੂਜੇ ਟਾਵਰ ਜਿਹੜੇ ਇਹ ਕੋਈ ਸਰਕਾਰੀ ਟਾਵਰ ਨਹੀਂ ਇਹਦਾ ਕਾਰਪੋਰੇਟ ਘਰਾਣੇ ਦੇ ਟਾਵਰ ਆ ਉਹ ਕਾਰਪੋਰੇਟ ਘਰਾਣੇ ਜਿਨ੍ਹਾਂ ਨੇ ਸਾਡੇ ਕਿਸਾਨ ਉੱਥੇ ਬਾਰਡਰਾਂ ਦੇ ਬਾਹ ਕੇ ਰੱਖੇ ਹੋਏ ਆ ਜਿਹੜੇ ਕਾਰਪੋਰੇਟ ਘਰਾਣੇ ਅੱਜ ਸਾਡੀ ਜ਼ਮੀਨਾਂ ਹੜੱਪਣ ਲੱਗੇ ਹੋਏ ਆ ਅਸੀਂ ਉਹਨਾਂ ਟਾਵਰਾਂ ਦਾ ਉਹਨਾਂ ਦਾ ਵਿਰੋਧ ਕਰਨਾ ਹੀ ਕਰਨਾ ਇਹਨਾਂ ਦਾ ਕਾਰਪੋਰੇਟ ਘਰਾਣਿਆਂ ਦਾ ਜੇ ਜਿਹੜੇ ਸਾਡੇ ਜ਼ਮੀਨਾਂ ਹੜੱਪਣ ਲੱਗੇ ਹੋਏ ਆ ਅਤੇ ਅੱਜ ਟਾਵਰ ਲਾ ਕੇ ਉਹ ਆਪਦੀ ਕਮਾਈ 'ਚ ਵਾਧਾ ਕਰ ਰਹੇ ਆ ਔਰ ਸਾਨੂੰ ਉਹ ਸੜਕਾਂ 'ਤੇ ਕਰ ਰਹੇ ਆ ਸੋ ਇਸ ਕਰਕੇ ਸਾਡੀ ਬੇਨਤੀ ਆ ਵੀ ਟਾਵਰ ਜਲਦੀ ਜਲਦੀ ਪੱਟਿਆ ਜਾਵੇ ਆ ਬੋਲਣ ਹਾਂ ਜੀ ਬੋਲਣਗੇ ਬੋਲਣ ਦੱਸੋ ਬੀਬੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਅਸੀਂ 11 ਨੰਬਰ ਵਾਰਡ 'ਚ ਬੋਲਦੇ ਹਾਂ। ਸਾਡਾ ਹਸਪੀਟਲ ਹੈਗਾ, ਇਹ ਜੋ ਟਾਵਰ ਹੈ ਬਿਲਕੁਲ ਹਸਪੀਟਲ ਦੇ ਨਾਲ ਹੈ। ਬੱਚਿਆਂ ਨੂੰ ਬਹੁਤ ਮੁਸੀਬਤ ਹੈ, ਬਜ਼ੁਰਗਾਂ ਨੂੰ ਬਹੁਤ ਮੁਸੀਬਤ ਹੈ, ਸਾਨੂੰ ਬਹੁਤ ਇਹਦੀ ਪਰੇਸ਼ਾਨੀ ਆ। ਸੋ ਕਿਰਪਾ ਕਰਕੇ ਇਹ ਟਾਵਰ ਅਸੀਂ ਲੱਗਣ ਨਹੀਂ ਦੇਵਾਂ, ਭਾਵੇਂ ਸਾਨੂੰ ਉੱਥੇ ਆਤਮ ਹੱਤਿਆ ਕਰਨੀ ਪਵੇ। ਪਹਿਲੀ ਗੱਲ ਤਾਂ ਸਾਡੇ ਕਿਸਾਨ ਵੀਰ ਭਾਈ, ਅਸੀਂ ਕਿਸਾਨੀ 'ਚੋਂ ਹੈਗੇ, ਸਾਰੇ ਉੱਥੇ ਧਰਨਿਆਂ 'ਤੇ ਬੈਠੇ ਆ। ਇਹ ਸਾਰਾ ਕੁਛ ਬੰਦ ਹੋਣ ਦੇ ਬਾਵਜੂਦ ਵੀ ਕਿਸੇ ਦੀ ਪਰਮਿਸ਼ਨ ਨਹੀਂ ਲਈ ਔਰ ਇਹ ਟਾਵਰ ਇਹਨਾਂ ਨੇ ਚਾਲੂ ਕਰਨ ਦੀ ਸ਼ੁਰੂ ਕਰ ਦਿੱਤੀ ਹੈ। ਸੋ ਪੰਜਾਬ ਸਰਕਾਰ ਨੂੰ ਬੇਨਤੀ ਹੈ ਵੀ ਸਾਡੀ ਸਾਰਿਆਂ ਦੀ ਸੁਣੀ ਜਾਵੇ ਅਤੇ ਟਾਵਰ ਬੰਦ ਕੀਤਾ ਜਾਵੇ। ਸਾਨੂੰ ਭਾਵੇਂ ਉਸ ਟਾਵਰ 'ਤੇ ਮਰਨਾ ਪੈ ਜਾਵੇ, ਅਸੀਂ ਟਾਵਰ ਨਹੀਂ ਚੱਲਣ ਦੇਵਾਂਗੇ। ਅਸੀਂ 11 ਨੰਬਰ ਵਾਰਡ ਨੰਬਰ 'ਚੋਂ ਬੋਲਦੇ ਹਾਂ ਜੀ। ਜਿਹੜਾ ਟਾਵਰ ਲੱਗਿਆ, ਨਾ ਤਾਂ ਇਹਨਾਂ ਨੇ ਕਮੇਟੀ ਤੋਂ ਪਰਮਿਸ਼ਨ ਲਈ ਹੈ, ਨਾ ਸਾਡੇ ਗਵਾਲ 11 ਨੰਬਰ ਵਾਰਡ ਤੋਂ ਲਈ ਹੈ। ਨੰਬਰ 2 'ਤੇ ਇੱਕ ਪਾਸੇ ਹੋਸਪਿਟਲ ਹੈ, ਇੱਕ ਪਾਸੇ ਆਈਸਕ੍ਰੀਮ ਫੈਕਟਰੀ ਹੈ। ਮੂਹਰਲੇ ਪਾਸੇ ਸਾਡੀਆਂ ਸਾਰੇ ਭਰਾਵਾਂ ਦੀਆਂ ਦੁਕਾਨਾਂ ਨੇ, ਸਾਰੀਆਂ ਉਹਦੇ ਵਿੱਚ ਗੱਡੀਆਂ ਖੜੀਆਂ ਨੇ। ਕੋਈ ਟਰੱਕਾਂ ਦਾ ਕੰਮ ਕਰਦਾ, ਕੋਈ ਬੱਸਾਂ ਦਾ ਕਰਦਾ, ਕੋਈ ਮੋਟਰਸਾਈਕਲਾਂ ਦਾ, ਕੋਈ ਸਕੂਟਰਾਂ ਦਾ। ਸਾਰਿਆਂ ਦੇ ਅੰਦਰ ਮਸ਼ੀਨਰੀ ਖੜੀ ਹੈ, ਸਾਰਿਆਂ ਦੇ ਅੰਦਰ ਤੇਲ ਪਿਆ। ਜੇ ਬਾਈ ਚਾਂਸ ਇਹਨੂੰ ਅੱਗ ਲੱਗਦੀ ਹੈ, ਕੋਈ 5 ਰੇਟ ਗੱਡੀ ਹੈ, ਉਹ ਕਿਸੇ ਪਾਸੇ ਆਉਣ ਦਾ ਸਾਧਨ ਨਹੀਂ ਹੈਗਾ। ਫਿਰ ਜੇ ਉਹ ਕੋਈ ਅੱਗ ਲੱਗਦੀ ਹੈ, ਇੱਥੇ ਕੋਈ ਗੱਡੀ ਨਹੀਂ ਹੈਗੀ। ਜਿੱਥੋਂ ਮੋਗੇ ਤਾਂ ਉਹ ਉਦੋਂ ਤੱਦਾਂ ਨਹੀਂ ਲਿਆਲਾ ਮੱਚ ਜੂਗਾ। ਇਹ ਵੀ ਹੋਣਾ ਚਾਹੀਦਾ ਵੀ ਇਹ ਬੰਦ ਹੋਣਾ ਚਾਹੀਦਾ। ਅਸੀਂ ਇਸ ਮੌਕੇ ਬੈਠੇ ਹੈਗੇ, ਸਾਨੂੰ ਕਿੰਨੇ ਦਿਨ ਹੋ ਗਏ ਬੈਠਿਆਂ ਨੂੰ, ਸਾਡੀ ਕੋਈ ਸੁਣਵਾਈ ਨਹੀਂ ਹੋਈ। ਜੇ ਸਾਡੀ ਇਹ ਸੁਣਵਾਈ ਨਾ ਹੋਈ, ਅਸੀਂ ਇਹਦੂ ਵੀ ਜ਼ਿਆਦਾ ਸੰਘਰਸ਼ ਤੇਜ਼ ਕਰਾਂਗੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਵਾਰਡ ਨੰਬਰ 11 ਤੋਂ 5G ਟਾਵਰ ਦੀ ਟੈਸਟਿੰਗ ਨੂੰ ਲੈ ਕੇ ਜਿਹੜਾ ਇੱਥੇ ਇਕੱਠ ਕੀਤਾ ਗਿਆ, ਉਹਨਾਂ ਦਾ ਕਹਿਣਾ ਕਿ ਪਿਛਲੀ 19 ਤਰੀਕ ਤੋਂ ਲੈ ਕੇ ਜਿਹੜਾ ਮੰਗ ਪੱਤਰ ਜਿਹੜਾ SDM ਸਾਹਿਬ ਨੂੰ ਦਿੱਤਾ ਸੀ ਔਰ ਪ੍ਰਸ਼ਾਸਨ ਵੱਲੋਂ ਕੋਈ ਵੀ ਜਿਹੜੀ ਕਾਰਵਾਈ ਨਹੀਂ ਕੀਤੀ ਗਈ ਔਰ ਜਿਹੜਾ ਇਸ ਵਕਤ ਪ੍ਰੋਟੈਸਟ ਆ, ਉਹਨਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਸਾਡੀ ਗੱਲ ਨਹੀਂ ਸੁਣਦਾ ਤਾਂ ਇਹ ਪ੍ਰੋਟੈਸਟ ਲਗਾਤਾਰ ਜਾਰੀ ਰਹੇਗਾ। ਕੈਮਰਾਮੈਨ ਗਗਨ ਦੇ ਨਾਲ ਜਗਵੀਰ ਆਜ਼ਾਦ।